ਫਤਵਾ ਦੂਰ ਕਰ ਦਿਓ ਜ਼ਰਾ। ਆ ਖੱਬੇ ਪਾਸੋਂ ਵੀ ਆਵਾਜ਼ ਆਵੇ, ਸੁਹੇਲ ਸਾਹਿਬ ਤੁਸੀਂ ਵੀ ਬੋਲੋ, ਸੱਲੱਲਾਹੁ ਅਲੈਹਿ ਯਾ ਜਿਹਨੂੰ ਸਰਕਾਰ ਨੇ ਹੱਥ ਦਿੱਤੇ ਨੇ ਉਹ ਮਦਨੀ ਮਲੰਗ ਬਣ ਕੇ ਦਰੂਦ ਪਾਕ ਪੜ੍ਹੇ। ਅਤੇ ਮੈਂ ਜੇ ਦੱਸਣਾ ਵੀ ਇਹੀ ਹੈ ਕਿ ਵਾਕਈ ਸਰਕਾਰ ਰੰਗਾ ਕੋਈ ਨਹੀਂ। ਕਿਬਲਾ ਅਤਾਰੀ ਸਾਹਿਬ ਤਵੱਜੋ ਦਾ ਤਲਬਗਾਰ ਆ। ਇਮਾਮ ਅਹਿਮਦ ਰਜ਼ਾ ਖਾਨ ਫਾਜ਼ਲੇ ਬਰੇਲੀ ਦੇ ਕਲਾਮ ਤੋਂ ਮੈਂ ਆਪਣੀ ਇਬਤਦਾ ਕਰ ਰਿਹਾ, ਦੋ ਅਸ਼ਾਰ ਉਹਨਾਂ ਦੇ ਪੜ੍ਹ ਕੇ ਅਤੇ ਦੋ ਨਾਤ ਦੇ, ਕਿਉਂਕਿ ਕਿਲਤ ਦੇ ਵਕਤ ਆੜੇ ਵਕਤ ਦੇ ਦਮ ਦੇ ਅੰਦਰ ਗੁੰਜਾਇਸ਼ ਨਹੀਂ। ਤੁਹਾਡੀ ਗੱਲ ਵੀ ਮੈਂ ਕਰਾਂਗਾ, ਡਾਕਟਰ ਸਾਹਿਬ ਦੀ ਗੱਲ ਵੀ ਮੈਂ ਕਰਾਂਗਾ, ਬਲਕਿ ਅੱਜ ਮੈਂ ਉਹ ਗੱਲ ਕਰਨ ਲੱਗਿਆ ਜਿਹੜੀ ਖੁਦ ਖਾਲਕੇ ਕਾਇਨਾਤ ਨੇ ਕਰ ਛੱਡੀ। ਕਿਵੇਂ ਕਰ ਛੱਡੀ? ਉਲਮਾ ਮੌਜੂਦ ਨੇ, ਅੱਲਾਹ ਰੱਬੁਲ ਇੱਜ਼ਤ ਨੇ ਆਦਮ ਅਲੈਹਿ ਸਲਾਮ ਤੋਂ ਲੈ ਕੇ ਜਨਾਬ ਮੂਸਾ ਈਸਾ ਤੱਕ ਸਾਰੇ ਨਬੀਆਂ ਨੂੰ ਕਿਹਾ, ਕਲਮਾ ਲੈ ਲਓ, ਉਮਤ ਲੈ ਲਓ, ਜਾਓ ਮੌਜ ਕਰੋ, ਪਰ ਇੱਕ ਗੱਲ ਸੁਣੀ ਜਾਓ। ਸੁਣਾ ਵਾ ਨਹੀਂ, ਜੇ ਸੁਬਾਨ ਅੱਲਾ ਹੋਵੇ ਤਾਂ ਫਿਰ ਸੁਣਾ। ਦਿੱਲੀ ਸੁਬਾਨ ਅੱਲਾ ਉੱਚੀ ਆਖੋ, ਗੱਲ ਬੜੀ ਮਦਦ ਆ। ਅੱਲਾ ਕਰੇ ਜਿਹੜੇ ਬੋਲੇ ਨੇ ਸਾਰੇ ਇਸੇ ਸਾਲ ਮਦੀਨੇ ਤੁਰ ਜਾਓ, ਫਿਰ ਇਕੱਲੇ ਨਾ ਜਾਓ, ਮਾਂ ਬਾਪ ਨੂੰ ਨਾਲ ਲੈ ਤੇ ਜਾਓ। ਯਾ ਅੱਲਾ ਜਿਹੜਾ ਉੱਚੀ ਸੁਬਾਨ ਅੱਲਾ ਆਖੇ ਉਹ ਮਾਂ ਬਾਪ ਦੇ ਨਾਲ ਜਾਵੇ ਅਤੇ ਵਾਜਪਾਈ ਦੇ ਅਜਰੇ ਸਵਾਦ ਦੇ ਬੋਸੇ ਲਵੇ। ਅੱਲਾਹ ਰੱਬੁਲ ਇੱਜ਼ਤ ਨੇ ਫਰਮਾਇਆ ਕਿ ਸੁਣ ਲਓ ਇੱਕ ਗੱਲ, ਐਲਾਨ ਸੁਣੀ ਜਾਓ। ਯਾ ਅੱਲਾ ਕਿਹੜਾ? ਅੱਲਾ ਫਰਮਾਇਆ ਤੁਹਾਡਾ ਕਲਮਾ ਵੀ ਉਮਤ ਪੜਦੀ ਹੋਵੇ, ਉਰੂਜ ਵੀ ਹੋਵੇ, ਕਿਬਲਾ ਸ਼ਾਹ ਸਾਹਿਬ ਉਰੂਜ ਵੀ ਹੋਵੇ, ਡੰਗਾ ਵੱਜਦਾ ਪਿਆ ਹੋਵੇ, ਅੱਲਾ ਫਿਰ ਕੀ ਕਰਨਾ? ਫਰਮਾਇਆ ਉਸ ਵਕਤ ਅਗਰ ਮੇਰਾ ਮਹਬੂਬ ਆ ਜਾਵੇ। ਕਿਬਲਾ ਤਾਰੀ ਸਾਹਿਬ ਤਵੱਜੋ ਬੜੀ ਮਿਹਰਬਾਨੀ, ਉਸ ਵਕਤ ਅਗਰ ਮੇਰਾ ਮਹਬੂਬ ਆ ਜਾਵੇ ਤੇ ਫਿਰ ਕਲਮਾ ਵੀ ਛੱਡ ਦੇਣਾ, ਸਾਰਾ ਕੁਝ ਛੱਡ ਦੇਣਾ, ਤੇ ਫਿਰ ਤੁਸੀਂ ਵੀ ਇਹੀ ਗੱਲ ਆਖਣੀ। ਕਿਹੜੀ? ਨਬੀ ਆਪਣੇ ਵਾਸਤੇ, ਆਪਾਂ ਵੀ ਆਖ ਲਈਏ, ਸਬਸੇ ਆਲਾ ਆਲਾ ਜਿਹਦਾ ਈਮਾਨ ਹੈ ਔਰ ਯਕੀਨਨ ਆਦਮ ਅਲੈਹ ਸਲਾਮ ਤੋਂ ਲੈ ਕੇ ਜਨਾਬ ਮੂਸਾ ਤੱਕ ਨਬੀ ਵੀ ਇਹ ਐਲਾਨ ਕਰਦੇ ਗਏ, ਉਲਮਾ ਵੀ ਐਲਾਨ ਕਰਦੇ, ਸਨਾਖਾਂ ਵੀ ਐਲਾਨ ਕਰਦੇ, ਕਾਇਨਾਤ ਦਾ ਜ਼ਰਰਾ ਜ਼ਰਰਾ ਐਲਾਨ ਕਰਦਾ, ਬਲਕਿ ਖੁਦ ਖਾਲਕੇ ਕਾਇਨਾਤ ਐਲਾਨ ਕਰ ਰਿਹਾ, ਸਬਸੇ ਆਲਾ ਆਲਾ ਮਾਰਾ ਨਬੀ। ਜਿਹੜਾ ਇਸ ਗੱਲ ਨੂੰ ਮੰਨਦਾ ਹੈ ਹੱਥ ਖੜਾ ਕਰਕੇ ਸਰਕਾਰ ਦੀ ਸ਼ਾਨ 'ਚ ਗਵਾਹੀ ਦੇਣੀ ਅਤੇ ਜ਼ੁਬਾਨ ਨਾਲ ਬੋਲਣਾ ਹੈ ਹੱਥ ਹਿਲਾ ਕੇ, ਸਬਸੇ ਆਲਾ ਆਲਾ ਰਾ ਨਬੀ, ਸਬਸੇ ਬਾਲਾ ਆਲਾ, ਸਬਸੇ ਬਾਲਾ ਆਲਾ ਮਾਰਾ ਨਬੀ। ਡਾਕਟਰ ਸਾਹਿਬ ਨੇ ਮਿਲਾਦ ਮਨਾ ਕੇ ਇਹ ਦੱਸਿਆ, ਸਬਸੇ ਆਲਾ ਆਲਾ ਮਾਰਾ ਨਬੀ, ਸਬਸੇ ਬਾਲਾ ਆਲਾ ਮਾਰਾ ਨਬੀ, ਕੌਣ ਦੇਤਾ ਹੈ ਦੇਣੇ ਕੋ ਮੋਹ ਚਾਹੀਏ, ਹਾਂ ਕੌਣ ਦੇਤਾ ਹੈ ਦੇਣੇ ਕੋ ਮੋਹ ਚਾਹੀਏ, ਕੌਣ ਦੇਤਾ ਹੈ ਦੇਣੇ ਕੋ ਮੋਹ ਚਾਹੀਏ, ਦੇਣੇ ਵਾਲਾ ਹੈ ਸੱਚਾ ਮਾਰਾ ਨਬੀ। ਜਿੱਦਾਂ ਖਾਈਏ ਉਹਦੇ ਗੀਤ ਗਾਈਏ, ਫਿਰ ਕਹਿਣਾ ਚਾਹੀਦਾ ਸਬਸੇ ਸ਼ੁਕਰੀਆ, ਸਬਸੇ ਆਲਾ ਆਲਾ, ਹੱਥ ਖੜਾ ਕਰਕੇ ਗਵਾਹੀ ਦੇਣੀ ਹੈ ਨਾ, ਐਲਾਨ ਕਰਨਾ ਹੈ ਨਾ ਕਿ ਸਬਸੇ ਬਾਲਾ ਆਲਾ ਮਾਰਾ ਨਬੀ, ਹਮਾਰਾ ਨਬੀ ਸਬਸੇ ਬਾਲਾ ਆਲਾ ਹਮਾਰਾ ਨਬੀ। ਔਰ ਖਲਕ ਸੇ ਜਿਹੜੀ ਪਹਿਲੇ ਗੱਲ ਕਰ ਚੁੱਕੇ ਹਾਂ, ਸੁਣ ਲਓ, ਇਮਾਮ ਅਹਿਮਦ ਰਜ਼ਾ ਫਾਜ਼ਲੇ ਬਰੇਲੀ ਫਰਮਾਉਂਦੇ ਨੇ, ਖਲਕ ਸੇ ਔਲੀਆ
اولیاء سے رسول، ہاں خلق سے اولیاء، اولیاء سے رسول، خلق سے اولیاء، اولیاء سے رسول، سب رسولوں سے اعلیٰ ہمارا نبی، سب رسولوں سے اعلیٰ ہمارا نبی جی، سب رسولوں سے اعلیٰ، اور کیا خبر امام احمد رضا فاضل بریلی فرماتے ہیں، کیا خبر کتنے تارے کھلے چھپ گئے، 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 پر نہ ڈو بے نہ ڈو با ہمارا نبی، سب سے اعلیٰ اعلیٰ ہمارا نبی، سب سے بالا اعلیٰ ہمارا نبی، سب سے بالا اعلیٰ ہمارا نبی، کون دیتا ہے دینے کو منہ چاہیے، کون دیتا ہے دینے کو منہ چاہیے، کون دیتا ہے دینے کو منہ چاہیے، دینے والا ہے سچا ہمارا نبی، سب سے اولا ہمارا نبی، اور آخر کے اندر نعت پاک دے گنبد خضرا دا تصور کر کے، کیونکہ دعا کیتی اللہ سب نو مدینے لے جائے، تے پھر بواز بلند کہنا جے دے جو دعا کا دے روزے تے جام، دعا کا دے روزے تے جاواں گا میں، جدا جدا دل کردا انشاءاللہ ضرور، جدو آکا دے روزے تے جاواں گا میں، جدو مدنی دے روزے تے جاواں گا میں، جالیاں کول ناتا سناواں گا میں، جدو آقا دے روزے تے جاواں گا میں، قاری اکرم صاحب ہنے ہنے ہو کے آئے نے، پوچھ لو اسی تے چلو، یہ پکی گل ہے کہ روکن والے روکی جاندے نے، پر جنہاں نے یار نال یاری لائی ہے وہ پڑھی جاندے، وہ چمی جاندے نے، درود پڑھی جاندے نے، وہ کہی جاندے نے، جدو آقا دے روزے تے جاواں گا میں، جدو آقا دے روزے تے جاواں گا میں، جالیاں کول ناتا سناواں گا میں، جدو آقا دے روزے تے جاواں گا میں، اور کیویں جاواں گا، عاشق دی گل کہ میں نہیں لگنا عقل دے وی پیچھے ذرا، میں نہیں لگنا عقل دے وی پیچھے ذرا، منسا میں عشق دی بھاویں نچنا پیا، منسا میں عشق دی بھاویں نچنا پیا، ہر ادا نال سونا
मनावांगा मैं हर अदा नाल सोना मनावांगा मैं जालियां कोल नाता सुनावांगा मैं जदों आका दे रोजे ते जावांगा मैं नस्बत वाले क्योंकि सुननी होंदा ही नस्बत वाला है ते नस्बत दी गल आ गई कि मैनू दसिया मेरे अकीदे नेरा साइयां वाले जे साइयां दे लड़ लग सन तर वैसा साइयां वाले साइयां दे जे लड़ लग सन तर वैसा बड़ा फैड़ा हशर होना है ना भी लगामा दा कबर विच फर्क पै जाना है खासा दा ते अम्मा दा कफन मैला नहीं होना मुहम्मद दे गुलामा दा मैनू दसिया मेरे अकीदे नेरा अरज मन लेनी मेरी हबीबे खुदा अरज मन लेनी मेरी हबीबे खुदा वास्ता आल दा जाके पावांगा मैं वास्ता आल दा जाके पावांगा मैं वास्ता आल दा जाके पावांगा मैं जालियां कोल नाता सुनावांगा मैं जदों आका दे रोजे ते जावांगा मैं और कई आखिरी शेर कई बड़े अरसे तो दरखास्तां दित्ती जांदे ने मगर हुंदा ए करम खुश बख्शा ते सुल्तान मदीने वाले दा कोई किस्मत वाला बनदा ए मेहमान मदीने वाले दा के गल करम दीए गल करम दीए गल नहीं ए औकात दी कईयां दे अकाउंट भरे पए ने मगर सरकार नूं पसंद नहीं ने अतारी साहब सरकार दी करम नवाजी है गल करम दीए गल करम दीए गल नहीं है औकात दी मेरे लई होवणी रात मेराज दी गल करम दीए गल नहीं है औकात दी मेरे लई होवणी रात मेराज दी जेड़ी फिरके मदीने लंगावांगा मैं जेड़ी फिरके मदीने लंगावांगा मैं जालियां कोल नाता सुनावांगा मैं जदों जालियां कोल नाता सुनावांगा मैं जदों